अस्सलाम वालेकुम, वेलकम बैक हो गया जी आप सबका एक और ब्रांड न्यू वीडियो में। आज मैं आप लोगों को लेकर आया हूँ डोगर मोटर्स की तीसरी ब्रांच पर, जो कि बनाई है मुल्तान रोड पर स्प्रिंग गार्डन में, ऑपोजिट दामन सिटी। वो सामने दामन सिटी, आपको वाइट गेट जो नज़र आ रहा है वो दामन सिटी का, दामन सिटी के बिल्कुल सामने ऑपोजिट ये डोगर मोटर्स की ब्रांच है, वो ऑफिस है। और इस प्लॉट में सारी गाड़ियां लगी हुई हैं। ऑक्शन शुरू हो गई है, आप एंट्री मारते हो ऑक्शन में। वीडियो को लाइक एंड शेयर लाजमी कर दीजिएगा। भाई के चैनल को सब्सक्राइब नहीं किया तो चैनल को जरूर सब्सक्राइब कर लें, बेल आइकन को लाजमी दबा दीजिएगा ताकि आप लोगों को मेरी हर आने वाली वीडियो का नोटिफिकेशन मिलता रहे। आए आप एंट्री मारते हो ऑक्शन में और देखते हैं क्या सिस्टम चल रहा है। मेरी बाकी टीम उधर रहेगी इतवार जलील च, मैं खुद इथे आवांगा। इस इतवार 2 जून असीं कार मेला ला रहे हैं स्प्रिंग गार्डन च, और सारे भाइयों ने आना है और इंशाल्लाह बहुत वड्डा बाजार ला रहे हैं। बोली दे सिर्फ रेट आवाम वेखदी की लगा है, बोली में बहुत सौदा होंदा सही। कई लोग तो बोली दे चंगा रेट लग जाता, कई बार बोली दे नहीं भी चंगा लगता, लेकिन जिन्होंने समझ आ जाओ ना बोली च सही लग गया मैंने रेट दे भी दिया करो गड्डी, थोड़ी मेहरबानी। चलो करो फिर शुरू लाने याद कर दोस्तों भरावों नूं सलाम करना जी, शायद होने डोगर मोटर नाल गाला ने ਤੇ ਇਹ ਗੱਡੀ ਕਿੰਨੇ ਦੀ ਜਨਾਬ? ਸਾਮੀ ਦਾ ਬੜਾ ਖਰਾਬ ਹੈ, ਲੋਕ ਫਿਰ ਘੱਟ ਹੋ। ਕਿਹੜਾ ਮਾਡਲ ਹੈ ਸਰ? ਅਸੀਂ ਆ ਅੰਦਰ ਆ ਕਾਰਾ ਮਾਡਲ ਮਹਿਰਾਜ PXR ਹੈ, ਇਹਨਾਂ ਦੇ ਵਿੱਚ ਕਿੰਨਾ ਹੈ ਭਾਜੀ? PXR ਹੈ, ਇਸ ਜਨਵਨ ਵਾਲੀ ਹੈ। ਬੋਲੋ ਬੋਲਣ ਪੈਸੇ ਕਿੰਨੇ ਵੇ? ਵੇਖ ਕੇ ਬੋਲ ਲਓ, 12.5 ਲੱਖ ਰੁਪਏ ਵੇਖ ਕੇ ਬੋਲੋ, ਡੀਲ ਦੀ ਕੈਂਸਲ ਹੋਣੀ ਚਾਹੀਦੀ ਕਿਉਂਕਿ ਅੱਜ ਕਿਹੜਾ ਰਾਸ਼ ਹੈ। ਤੁਸੀਂ ਲਾ ਲੈਣਾ ਆਪਣੇ ਦੇ ਕੰਡੀਸ਼ਨ ਖੁਦ ਹੀ ਵੇਖਣੀ, ਡਿਮਾਂਡ 12.5 ਜੀ, 12.5 ਲੱਖ ਰੁਪਏ 18 ਮਾਡਲ ਦੀ ਗੱਡੀ ਜੀ। ਸੱਤਰ ਹੋ ਗਿਆ ਜੀ, ਹੋਰ ਬੋਲੋ ਜੀ, 17 ਦੁੱਤੇ
80 ਹੋ ਗਿਆ 80 ਹੋ ਗਿਆ ਜੀ 980 ਦੇ ਉੱਤੇ ਬੋਲੋ ਜੀ ਭਾਈ ਤੁਸੀਂ ਕੀ ਕਹਿੰਦੇ ਐਂਡ 980 ਮੈਨੂੰ ਪਿਲਰ ਚਲੋ ਚੈੱਕ ਕਰ ਲੋ ਜੀ 10 ਲੱਖ ਤੋਂ ਉੱਤੇ ਹੈ ਵੀਰ ਜੀ 10 ਲੱਖ ਰੁਪਇਆ ਜੀ 10 ਲੱਖ 10 ਹਜ਼ਾਰ ਰੁਪਇਆ 10 ਲੱਖ ਪਿਲਰ ਬਣੇ ਹੋਏ ਜੀ ਪਿਲਰ ਸਾਰਾ ਮਾਲ ਜੀ ਮਹਿਰਾਨ ਕਿੱਥੇ ਜਾਣੇ ਪਏ ਜਾਣ ਵੱਡੇ ਆ ਜਾ ਵੱਡੇ ਭਾਈ ਨਾ ਕੇਂਦਰ ਸਾਹਮਣੇ ਲਿਆ ਨੋਟ ਦਿਓ ਜੀ ਬਿਸਮਿਲਲਾ ਕਰੋ ਜੀ ਕਿੰਨੇ ਦੇਣੇ ਜੀ ਸਵਾ ਗਿਆਰਾਂ ਦੀ ਵੱਡੀ ਮਿਲਦੀ ਹੈ ਮਾਲਕ ਵੱਲੋਂ ਕਿੰਨਾ ਲੱਗਾ ਅਠਾਰਾਂ ਮਾਲ ਦੀ ਮਹਿਰਾਨ ਜੀ ਏਸੀ ਵਾਲੀ ਏਸੀ ਵੀ ਆਉਂਦੇ ਗੱਡੀ ਦਾ 10.5 ਲੱਖ ਰੁਪਇਆ ਜੀ ਹਾਂਜੀ ਬੋਲੋ ਜੀ 10.5 ਲੱਖ ਤੋਂ ਤੇ ਕੋਈ 18 ਮਾਲ ਦੀ ਮਹਿਰਾਨ ਹੈ ਇਸਰਾਓ ਜੀ ਗਰੰਟੀ ਹੋ ਗਿਆ ਗਰੰਟੀ ਆ ਨਾ ਗੱਡੀ ਨਹੀਂ ਲੈਣੀ ਬਹੁਤ ਮੁਸਕਰਾ ਰਹੇ ਗੱਡੀ ਲਵੋ ਲੈਣ ਵਾਲੀ ਗੱਡੀ ਜਾਂ ਖੱਦਣ ਵਾਲੀ ਜੀ ਮੁਨਾਸਬ ਪੈਸੇ ਨੇ ਗਰੰਟੀ ਹੋ ਗਿਆ ਜੀ 10.5 ਸਵਾ ਤੁਸੀਂ ਕਿਹਾ 200 ਮਾਲ ਦਾ ਦੱਸਦਾ ਲਿਓ ਨੋਟ ਦਿਓ ਕਿਤੇ ਆਓ ਅੱਜ ਸਾਹਿਬ ਬਿਸਮਿਲਲਾ ਕਰੋ 10.5 40 ਹੋ ਗਿਆ ਜੀ 40 ਜੀ ਚਲੋ ਚਲੋ ਬਿਸਮਿਲਾ ਕਰੀਏ ਪਹਿਲੀ ਗੱਡੀ ਬਿਸਮਿਲਾ ਕਰਕੇ ਤੁਸੀਂ ਅੱਗੇ ਨੂੰ ਸਾਢੇ 10 ਲੱਖ ਰੁਪਇਆ ਹਾਂਜੀ ਚਲੋ ਜੀ ਸਵਿਫਟ ਜੀ ਅਗਲੇ ਦਾ ਨਿਚੋੜ ਦੇ ਗੱਡੀ ਨਾ ਕਿੱਥੇ ਛੱਡਦਾ ਨਹੀਂ ਛੱਡਣੀਆਂ ਅਗਲੇ ਨੇ ਸੱਟ ਨਾ ਮਾਰਿਆ ਕਰੋ ਵੀ ਗੋਰੀ ਸਾਹਿਬ ਨੇ 70 ਲੱਖ ਤੁਹਾਨੂੰ ਮਸੀ ਦੇ ਲਵਾਂ ਉਹ ਵੈਸੇ ਗੋਰੀ ਸਾਹਿਬ ਚੈੱਕ ਕਰਦੇ ਨੇ ਵੀ ਇਹਨੇ ਕੀ ਕਰਨਾ ਕਿੱਥੇ ਤੱਕ ਜਾਂਦਾ ਲੈਣ ਵਾਲੀ ਗੱਲ ਕੋਈ ਲੈਣ ਵਾਲੀ ਉਹ ਹੀ ਹੈ ਜਿਹੜਾ ਭਾਜੀ ਨੇ ਮੁੱਲ ਲਾਇਆ 10 ਲੱਖ ਰੁਪਏ ਅਸਲ ਮੁੱਲ ਉੱਥੇ ਸ਼ੁਰੂ ਹੋਣਾ 10.5 10.5 ਸਾਢੇ 12 ਲੱਖ ਰੁਪਇਆ ਜੀ ਪੌਣੇ 12 ਜੀ ਹੈਂ ਸਾਢੇ 12 ਤੋਂ ਪੌਣੇ 12 ਚਲੇ ਗਏ ਪੌਣੇ 13 ਹੋ ਗਿਆ 12.75 ਲੱਖ ਰੁਪਇਆ 12.80 ਥੋੜਾ ਸਾ 12.80 ਜੀ 12.80 ਅੱਗੇ ਪਿੱਛੇ ਤੁਸੀਂ ਕਰੀ ਬਣਾਈ ਹਾਂ ਪੈਸੇ ਦਾ ਜ਼ਿਆਦਾ ਨੇ ਕਿਹਾ
ਮਗਰੀ ਦੀ ਗੱਡੀ ਥੋੜਾ ਜਿਹਾ ਪਿੱਛੇ ਮਾਡਲ ਡੀਐਸ ਗੱਡੀ ਦੇ ਤਿੰਨ ਚਾਰ ਪੀਸ ਸ਼ਾਵਰ ਸੀ ਮਕੈਨੀਕਲ ਤਗੜੀ ਚਲੋ ਜੀ ਅਸੀਂ 1275 ਉੱਤੇ ਆਗੂ ਚ ਬੋਲੋ ਜੀ 1,75,000 ਰੁਪਇਆ ਕਿਹੜੇ ਦੋਸਤ ਨੇ ਲਾਇਆ 1275 ਜਾਓਗੇ 15 ਲੱਖ ਤੇ ਆ ਗਿਆ ਮਾਲਕ 17.5 ਕਿੱਥੇ ਇਕਦਮ ਡਰੈਕਟ ਚੱਲੇ ਜੀ ਤੇ ਟੌਪ ਤੇ ਆ ਗਏ 1275 ਉੱਤੇ ਆ ਕੋਈ 1280 ਹੋ ਗਿਆ ਜੀ 1280 13 ਲੱਖ ਰੁਪਇਆ ਜੀ ਬੋਲੋ ਜੀ ਯਾਰਾਂ ਵਾਲੀ ਦੀ ਗੱਡੀ ਕੋ 3,000 ਰੁਪਏ ਸ਼ਾਵਰ ਹਾਂਜੀ ਬੋਲੋ ਟੋਕਨ ਕੱਢੋ ਗੇ ਫਿਰ ਗੱਲ ਤੇਰਾਂ ਲੱਖ ਰੁਪਇਆ ਜੀ 14,75,000 ਉੱਤੇ ਆ ਕੋਈ ਬੋਲੋ ਗੱਡੀ ਬੜੀ ਇੰਜੋਏ ਵਾਲੀ ਜੀ 1475 ਹੋ ਗਿਆ ਜੀ ਉਧਰੋਂ 15 ਲੱਖ ਰੁਪਇਆ ਜੀ ਬੋਲੋ ਜੀ 15,10,000 ਰੁਪਇਆ 15,15,000 ਹੋ ਗਿਆ ਜੀ 15,20,000 ਹੋ ਗਿਆ ਜੀ 15,20,000 ਰੁਪਇਆ 40,40,000 ਹੋ ਗਿਆ ਜੀ 15,40,000 ਸਾਢੇ 15 ਜੀ ਸਾਢੇ 15 2 ਆ ਜਾਓ ਜੀ ਭਾਜਾ ਭਾਈ ਪਿੱਛੋਂ ਨਾ ਥੋੜ੍ਹਾ ਸਾ ਬਾਹਰ ਦੀ ਗੱਲ ਸਾਡੇ ਨਾਲ ਕੋਈ ਚੱਲ ਚਲੋ ਜੀ ਕਿੰਨਾ ਹੋਇਆ ਜੀ 15
16 lakh ਚੁੱਤੇ ਚਲੋ ਆ ਜਾਓ ਅੱਜ ਸਾਹਿਬ ਨੂੰ ਦੇਖਣਾ ਕਿੰਨੀ ਡੀਨ ਮੰਨਦੇ ਜੇ ਮਾਡਲ ਕੀ ਹੈ ਸਾਡੇ 2020 ਮਾਡਲ ਦੇ ਮੀਨ ਲਾ ਲੈ ਲਓ ਜੀ ਰੇਟ ਭਾਈ ਜਾਨ ਕੱਚੀ ਗੱਲ ਗੱਡੀ ਜੇ 2020 ਮਾਡਲ ਦੀ ਵੀ ਇੱਕ ਸਾਲ ਦਸੰਬਰ ਕਰ ਲਓ ਜੀ ਦਸੰਬਰ ਦੀ ਗੱਡੀ ਜੀ 2020 ਦੀ ਲਓ ਜੀ ਰੇਟ ਜੀ ਸਾਢੇ 2.5 ਦੀ ਮੰਨਦੇ ਜੀ 18 ਲੱਖ ਰੁਪਇਆ 18 ਲੱਖ ਤੋਂ ਉੱਤੇ ਬੋਲੋ ਜੀ ਆ ਬਈ 18 ਲੱਖ ਤੋਂ ਉੱਤੇ ਆ ਕੋਈ ਬੋਲੋ ਜੀ ਦੋ ਹਜ਼ਾਰ 20 ਮਾਡਲ ਦਸੰਬਰ ਦੀ ਗੱਡੀ ਵੀ ਐਕਸ ਆਰ ਟੱਚਿੰਗ ਆ ਜਾਏ ਗ
ਨਹੀਂ ਪਤਾ ਨਾ, ਕਾਫੀ ਡੱਜ ਗਏ ਜੀ। ਛੱਤ ਪਹਿਲਾਂ ਜਨਮ ਟੈਂਕ ਰੱਖੋ, ਛੱਤ ਪਹਿਲਾਂ, ਛੱਤ ਵੀ ਬਚੀ ਕਿ ਨਹੀਂ? 18 ਲੱਖ ਜੀ, 18-10 ਹੋ ਗਿਆ ਜੀ, 18-15 ਹੋ ਗਿਆ ਜੀ, 18-15, 18-20, 18-25, 18-25, 2020 ਮਾਡਲ ਦੀ ਗੱਡੀ ਜੀ, 18-20-25, 18-25, ਕਿੰਨੇ ਚਾਹੀਦੇ? ਉੱਨੀ ਲੱਖ ਰੁਪਈਆ ਹਾਂਜੀ, 19-10, 19-10, 19-10, ਹਾਂਜੀ
ਉੱਨੀ ਦਸ ਉੱਨੀ ਲਖਨਾ ਸਰ ਮੋਕੋ ਚੌਦਾਂ ਅਠਾਰਾਂ ਹੀਰ ਬੈਗ ਜੈਨਵਨ ਉੱਨੀ ਦਸ ਹਾਂਜੀ ਪੰਦਰਾਂ ਉੱਨੀ ਵੀਹ ਉੱਨੀ ਲੱਖ ਵੀਹ ਹਜ਼ਾਰ ਉੱਨੀ ਵੀਹ ਸਵਾ ਉੱਨੀ ਸਵਾ ਉੱਨੀ ਹਾਂਜੀ ਤੀਹ ਉੱਨੀ ਲੱਖ ਤੀਹ ਹਜ਼ਾਰ ਪੈਂਤੀ ਉੱਨੀ ਚਾਲੀ ਉੱਨੀ ਚਾਲੀ ਹਾਂਜੀ ਪੰਤਾਲੀ ਪੰਜਾਹ ਪਚਵੰਜਾ ਪਚਵੰਜਾ ਸੱਠ ਉੱਨੀ ਸੱਠ ਉੱਨੀ ਲੱਖ ਸੱਠ ਹਾਂਜੀ ਉੱਨੀ ਸੱਠ ਪੈਂਹਠ ਸੱਤਰ ਉੱਨੀ ਸੱਤਰ ਪਚੱਤਰ ਪਚੱਤਰ ਉੱਨੀ ਪਚੱਤਰ ਬੋਲੇਗਾ ਇਸ਼ਾਰਾ ਕਰੇਗਾ ਰੇਟ ਵਧੀ ਜਾਏਗਾ ਅੱਸੀ ਲਿਆ ਪੈਂਦਾ ਉੱਨੀ ਅੱਸੀ ਉੱਨੀ ਅੱਸੀ ਪਚਾਸੀ ਉੱਨੀ ਪਚਾਸੀ ਉੱਨੀ ਪਚਾਸੀ ਹਾਂਜੀ ਚੌਵੀ ਲੱਖ ਪੌਣੇ ਚੌਵੀ ਤੇ ਆ ਗਏ ਨੇ ਉੱਨੀ ਪਚਾਸੀ ਹਾਂਜੀ ਉੱਨੀ ਨੱਬੇ ਉੱਨੀ ਲੱਖ ਨੱਬੇ ਦਾ ਵੀਹ ਲੱਖ ਰੁਪਈਆ ਵੀਹ ਲੱਖ ਵੀਹ ਲੱਖ ਹਾਂਜੀ ਵੀਹ ਲੱਖ ਰੁਪਈਆ ਵੀਹ ਲੱਖ ਵੇਖ ਲਾ ਤੇਰੀ ਗੱਡੀ ਜ਼ੋਰ ਕਿੰਨਾ ਲੈ ਦੇ ਹੁਣ ਤੋਂ ਤੂੰ ਵੀ ਦੇ ਛੱਡ ਦੇ ਘਰੇ ਥੱਲੇ ਲਿਆਏਗਾ ਤੇ ਗੱਡੀ ਵਿਕਣੀ ਹਾਲਾਤ ਮਾਰਕੀਟ ਦੇ ਖਰਾਬ ਨੇ ਹਾਂਜੀ ਵੀਹ ਲੱਖ ਪੰਜ ਹਜ਼ਾਰ ਵੀਹ ਦਸ ਵੀਹ ਦਸ ਵੀਹ ਦਸ ਹਾਂਜੀ ਵੀਹ ਲੱਖ ਦਸ ਹਜ਼ਾਰ ਪੰਦਰਾਂ ਵੀਹ ਪੰਦਰਾਂ ਹਾਂਜੀ ਵੀਹ ਪੰਦਰਾਂ ਜਿਹੜੀ ਗੱਡੀ ਨੇ ਪੁਰਾਣ ਬੋਲਿਓ ਗੱਡੀ ਵਿਕਦੀ ਹੈ ਵੀਹ ਪੰਦਰਾਂ ਹਾਂਜੀ ਵੀਹ ਲੱਖ ਪੰਦਰਾਂ ਦਾ ਵੀਹ ਪੰਦਰਾਂ ਚਲੋ ਆਇਲ ਦੇ ਪੈਸੇ ਲੈ ਲਿਆ ਜਿੰਨੇ ਡੀਲ ਹੋਵੇ ਹਾਂਜੀ ਉੱਨੀ ਲੱਖ ਵੀਹ ਲੱਖ ਪੰਦਰਾਂ ਦਾ ਵੀਹ ਪੰਦਰਾਂ ਹਾਂਜੀ ਮੋਕੋ ਚੌਦਾਂ ਅਠਾਰਾਂ ਹਜ਼ਾਰ ਰੁਪਏ ਜੈਨੂਅਨ ਵੀਹ ਪੰਦਰਾਂ ਹਾਂਜੀ ਵੀਹ ਪੰਦਰਾਂ ਉੱਤੇ ਹੈ ਕੋਈ ਵੀਹ ਲੱਖ ਪੰਦਰਾਂ ਦਾ ਹਾਂਜੀ ਪਹਿਲਾਂ ਯਾਰ ਇੱਕੋ ਗੱਲ ਸੋਣੀ ਸਾਢੇ ਵੀਹ ਲੱਖ ਵੀ ਸਾਢੇ ਵੀਹ ਸਾਢੇ ਵੀਹ ਲੱਖ ਪਚਵੰਜਾ ਪਚਵੰਜਾ ਵੇਖ ਮੁੰਡੇ ਦਿਲ ਆ ਗਏ ਤੇਰੀ ਗੱਡੀ ਦੇ ਵੀਹ ਪਚਵੰਜਾ ਹਾਂਜੀ ਵੀਹ ਪਚਵੰਜਾ ਵੀਹ ਪਚਵੰਜਾ ਹਾਂਜੀ ਵੀਹ ਪਚਵੰਜਾ ਵੀਹ ਲੱਖ ਪਚਵੰਜਾ ਹਜ਼ਾਰ ਇੱਕ ਵੀਹ ਪਚਵੰਜਾ ਦੋ ਡੋਰ ਇੰਨਾ ਲਾਈ ਜਾਂਦੇ ਨੇ ਕਿਹੜੇ ਲਿਆ ਕੇ ਪਾਈਆ ਬਦਾਮ ਖਵਾ ਲੈਣੇ ਨੇ ਵੀਹ ਪਚਵੰਜਾ ਤਿੰਨ ਹੋ ਗਈ ਹੈਲੋ ਜੀ ਖੜੋ ਪਿੱਛੇ ਅਠਾਈ ਲੱਖ ਰੁਪਈਆ ਜੀ ਪੰਦਰਾਂ ਬਟਾ ਸੋਲਾਂ ਦੀ ਛੱਡ ਕੇ ਬੜਾ ਜਨਮ ਦੇ ਨਾਲ ਸਾਡੇ ਲਈ ਕੁਛ ਵੀ ਜਨਮ ਹੈ ਨਾ ਗੱਡੀ ਦੇ ਸਾਢੇ ਸਤਾਈ ਲੱਖ ਰੁਪਏ ਲੱਗ ਗਏ ਜੀ ਪੈਂਤੀ ਕੀ ਬੜਾ ਜਨਮ ਨਾਲ ਕਰ ਰਹੇ ਹਾਂਜੀ ਬੋਲੋ ਜੀ ਅਠਾਈ ਲੱਖ ਪੰਦਰਾਂ ਬਟਾ ਸੋਲਾ
ਮਾਰਕੀਟ ਦਾ ਹਾਲਤ ਖਰਾਬ ਹੈ। ਛੱਤ ਪਹਿਲਾਂ ਡਿੱਗੀ ਮੁੜ ਜਾਂਦੇ ਨੇ। ਹੁਕਮ ਲਾ ਪਾ ਸਵਾ ਅਠਾਈ ਕਰ ਦੇ ਜੀ, ਸਵਾ ਅਠਾਈ ਆਪੇ ਆ ਜਾਓਗੇ ਸਾਡੇ ਅਠਾਈਆਂ ਦਾ ਵੀ।
ਟੋਟਲ ਜਨਮਨ ਗੱਡੀ ਹੋ ਨਾ ਇਸ ਮਾਡਲ ਦੀ ਤੇ 32-32 ਲੱਖ ਰੁਪਏ ਟੋਟਲ ਜਨਮਨ ਜਿਹਨੂੰ ਕਹਿੰਦੇ ਨੇ ਉਹ ਗੱਡੀ ਹੋ ਤੇ ਹੋ ਰਹੀ ਦੱਸੋ 28.5 ਤੇ ਉੱਤੇ ਹੈ ਜੀ ਕੋਈ ਚਲੋ ਭਾਈਜਾਨ ਕੋ ਬੋਲਣਾ ਕਿਸੇ ਵੀਰ ਭਾਈ ਨੇ ਤੇ ਬੋਲ ਪਾਓ ਬਾਅਦ ਚ ਚੈੱਕ ਕਰ ਲਾਂਗੇ ਛੱਡ ਦਿਓ ਸੌਦਾ ਬਾਅਦ ਚ ਤੁਸੀਂ ਚੈੱਕ ਬਾਅਦ ਚ ਕਰ ਲੈਣਾ ਨਾ ਪਸੰਦ ਆਈ ਖਰਾਬ ਨਿਕਲੀ ਤੇ ਟੋਕਨ ਤੁਹਾਡਾ ਵਾਪਸ ਹੋ ਜਾਏਗਾ 5,000 ਰੁਪਇਆ ਅਗਰ ਰੋਕੇ ਹੋ ਗਈ ਤੇ 50,000 ਰੁਪਇਆ ਦੇਣਾ ਕਰ ਗੱਡੀ ਬੰਦ ਕਰ ਦਿਆਂਗੇ ਲਓ ਜੀ 28,50,000 ਰੁਪਇਆ ਜੀ 60 ਹੋ ਗਿਆ ਜੀ 28,60,000 ਰੁਪਇਆ 28,60 ਜੀ 28,60,000 ਰੁਪਇਆ ਇਹ ਭਾਜੀ ਕੀ ਹੋ ਗਿਆ ਇੱਥੇ ਮੈਨੂੰ ਆਲਟੋ ਲੱਗੀ ਕਰਨ ਦਾ ਸਰ ਰੋਕ ਚੈੱਕ ਕਰੋ ਹਾਂਜੀ 28,60 ਜੀ 28,60 ਜੀ ਕਿੱਧਰ ਗਏ ਨੇ ਮਾਲਕ ਸਾਹਿਬ ਹਾਂਜੀ 28,50,000 ਰੁਪਇਆ ਆਈ ਹੋਪ ਆਪ ਲੋਕੋ ਕੋ ਵੀਡੀਓ ਪਸੰਦ ਆਈ ਹੋਗੀ ਵੀਡੀਓ ਪਸੰਦ ਆਈ ਹੈ ਤੋ ਵੀਡੀਓ ਕੋ ਲਾਈਕ ਐਂਡ ਸ਼ੇਅਰ ਲਾਜ਼ਮੀ ਕਰ ਦੇ ਭਾਈ ਕੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਤੋ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰ ਲੇ ਬੈਲ ਆਈਕਨ ਕੋ ਲਾਜ਼ਮੀ ਦਬਾ ਦੀਜੀਏਗਾ ਤਾਂ ਕਿ ਆਪ ਲੋਕੋ ਕੋ ਮੇਰੀ ਹਰ ਆਨੇ ਵਾਲੀ ਵੀਡੀਓ ਕਾ ਨੋਟੀਫਿਕੇਸ਼ਨ ਮਿਲਤਾ ਰਹੇ ਅਬ ਮੁਝੇ ਦੇ ਇਜਾਜ਼ਤ ਫਿਰ ਮੁਲਾਕਾਤ ਹੋਤੀ ਹੈ ਇਨਸ਼ਾਅੱਲਾ ਨੈਕਸਟ ਵੀਡੀਓ ਮੇਂ ਤਬ ਤੱਕ ਲੀਏ ਜੀ ਅੱਲਾ ਹਾਫਿਜ਼।